ਦਿੱਲੀ ਦੀਆਂ ਸੜਕਾਂ ਤੇ ਦਿਖਿਆ ਚੋਣਾਂ ਦਾ ਰੰਗ। ਭਾਜਪਾ ਨੇ ਕੱਢੀ ਬਾਈਕ ਰੈਲੀ। ਮਨਜਿੰਦਰ ਸਿੰਘ ਸਿਰਸਾ ਨੇ ਖੁਦ ਚਲਾਈ ਬਾਈਕ। ਨੌਜਵਾਨਾਂ ਦਾ ਮਿਲਿਆ ਸਮਰਥਨ। ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਐਕਟਿਵ ਵਿਖਾਈ ਦੇ ਰਹੀਆਂ ਨੇ ਤੇ ਲਗਾਤਾਰ ਰੈਲੀਆਂ ਅਤੇ ਰੋਡ ਸ਼ੋ ਕੱਢੇ ਜਾ ਰਹੇ ਨੇ। ਤਾਂ ਉੱਥੇ ਹੀ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਦੇ ਵਿੱਚ ਦਿੱਲੀ ਦੇ ਨੌਜਵਾਨਾਂ ਦੇ ਵੱਲੋਂ ਬਾਈਕ ਰੈਲੀ ਕੱਢੀ ਗਈ। ਇਸ ਬਾਈਕ ਰੈਲੀ ਦੇ ਵਿੱਚ ਵੱਡੀ ਤਾਦਾਦ ਦੇ ਵਿੱਚ ਨੌਜਵਾਨ ਪਹੁੰਚੇ। ਇਸ ਮੌਕੇ ਭਾਜਪਾ ਲੀਡਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਨੌਜਵਾਨਾਂ ਨੇ ਬਾਈਕ ਰੈਲੀ ਦਾ ਆਯੋਜਨ ਕੀਤਾ ਹੈ ਤੇ ਵੱਡੀ ਤਾਦਾਦ ਦੇ ਵਿੱਚ ਨੌਜਵਾਨ ਇੱਥੇ ਪਹੁੰਚੇ ਨੇ। ਉਹਨਾਂ ਨੇ ਕਿਹਾ ਕਿ ਇਸ ਰੈਲੀ ਦਾ ਉਦੇਸ਼ ਇਹ ਦਿਖਾਉਣਾ ਹੈ ਕਿ ਸਾਡਾ ਸਮਰਥਨ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਹੈ। ਉਹਨਾਂ ਨੇ ਕਿਹਾ ਕਿ ਸਿੱਖ ਨੌਜਵਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਸਾਡੇ ਭਾਈਚਾਰੇ ਨੂੰ ਮਜ਼ਬੂਤ ਕੀਤਾ ਹੈ ਤੇ ਅਸੀਂ ਵੀ ਉਹਨਾਂ ਦੇ ਨਾਲ ਖੜੇ ਹਾਂ। ਹੋਰ ਉਹਨਾਂ ਦੇ ਵੱਲੋਂ ਕੀ ਕਿਹਾ ਗਿਆ ਤੁਸੀਂ ਵੀ ਸੁਣੋ। ਅੱਜ ਦੇਸ਼ ਦੇ ਨੌਜਵਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਸਾਥ ਦੇਣ ਵਾਸਤੇ ਸੜਕਾਂ ਤੇ ਉਤਰੇ ਨੇ। ਹਜ਼ਾਰਾਂ ਦੀ ਤਾਦਾਦ ਦੇ ਅੰਦਰ ਨੌਜਵਾਨ ਦਿੱਲੀ ਦੇ ਸੜਕਾਂ ਤੇ ਨੇ ਔਰ ਪ੍ਰਧਾਨ ਮੰਤਰੀ ਜੀ ਦਾ ਸਾਥ ਦੇਣ ਦੀ ਪਲੇਜ ਕਰ ਰਹੇ ਨੇ ਆਪਣੀ ਸਪੋਰਟ ਨੂੰ। ਦੇਸ਼ ਦੇ ਨੌਜਵਾਨ ਸਮਝਦੇ ਨੇ ਵਿਕਸਿਤ ਭਾਰਤ ਤਾਂ ਹੀ ਵਿਕਸਿਤ ਹੋਏਗਾ ਜੇ ਨੌਜਵਾਨ ਸਾਥ ਦੇਣਗੇ, ਔਰ ਇਹ ਪੂਰੇ ਦੇਸ਼ ਨੂੰ ਸੰਦੇਸ਼ ਦੇ ਰਹੇ ਨੇ ਕਿ ਦੇਸ਼ ਦੇ ਸਿੱਖ ਉਸ ਪ੍ਰਧਾਨ ਮੰਤਰੀ ਨਾਲ ਖੜੇ ਨੇ ਜਿਹਨੇ 1984 ਦੇ ਕਾਤਲਾਂ ਨੂੰ ਜੇਲ੍ਹ 'ਚ ਪਾਇਆ ਹੈ, ਉਸ ਪ੍ਰਧਾਨ ਮੰਤਰੀ ਨਾਲ ਖੜੇ ਨੇ ਜਿਸ ਪ੍ਰਧਾਨ ਮੰਤਰੀ ਨੇ ਪਾਰਲੀਮੈਂਟ 'ਚ ਖੜੇ ਹੋ ਕੇ ਕਿਹਾ ਹੈ ਕਿ ਕਾਂਗਰਸ ਨੇ ਪਾਪ ਕੀਤਾ ਹੈ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਕੇ, ਉਸ ਪ੍ਰਧਾਨ ਮੰਤਰੀ ਨਾਲ ਖੜੇ ਨੇ ਜਿਹੜੇ ਪ੍ਰਧਾਨ ਮੰਤਰੀ ਨੇ ਪੂਰੇ ਦੁਨੀਆ ਦੇ ਅੰਦਰ ਸਾਹਿਬਜ਼ਾਦਿਆਂ ਦੇ ਨਾਮ ਦੇ ਉੱਤੇ ਵੀਰ ਬਾਲ ਦਿਵਸ ਮਨਾ ਕੇ ਪੂਰੀ ਦੁਨੀਆ ਨੂੰ ਸੰਦੇਸ਼ ਦਿੱਤਾ ਹੈ ਕਿ ਗੁਰੂ ਤੇਗ ਬਹਾਦਰ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਅਹਿਸਾਨ ਇਹ ਦੇਸ਼ ਦੇ ਲੋਕ ਉਤਾਰ ਨਹੀਂ ਸਕਦੇ। ਉਸ ਪ੍ਰਧਾਨ ਮੰਤਰੀ ਨਾਲ ਖੜੇ ਨੇ ਜਿਹਨੇ ਅਫਗਾਨਿਸਤਾਨ 'ਚੋਂ ਜਦੋਂ ਸਾਡੇ ਸਿੱਖਾਂ 'ਤੇ ਬਣਿਆ ਹੀ ਆਪਣੇ ਏਅਰਫੋਰਸ ਦੇ ਜਹਾਜ਼ ਭੇਜ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਲੈ ਕੇ ਆਉਂਦੇ ਅਤੇ ਨਾਲ ਸਿੱਖਾਂ ਨੂੰ ਕੱਢ ਕੇ ਲਿਆਉਂਦਾ, ਐਸੇ ਪ੍ਰਧਾਨ ਮੰਤਰੀ ਨਾਲ ਖੜੇ ਨੇ ਜੋ ਸਿੱਖ ਕੌਮ ਦੇ ਅੱਗੇ ਸੀਸ ਝੁਕਾਉਂਦੇ ਨੇ, ਗੁਰੂ ਸਾਹਿਬ ਦਾ ਆਸ਼ੀਰਵਾਦ ਲੈਂਦੇ ਨੇ, ਔਰ ਦੂਜੇ ਪਾਸੇ ਖੂਨੀ ਕਾਂਗਰਸ ਆ ਜਿਹਦੇ ਨਾਲ ਕਦੀ ਸਿੱਖ ਜ਼ਿੰਦਗੀ 'ਚ ਨਹੀਂ ਖੜਾ ਹੋ ਸਕਦਾ। ਬਹੁਤ ਅੱਛੀ ਰੈਲੀ ਹੈ। ਮਨਜਿੰਦਰ ਸਿੰਘ ਸਿਰਸਾ ਜੀ ਨੇ ਜੋ ਆਹਵਾਨ ਕੀਆ ਹੈ ਸਿੱਖ ਸਮੁਦਾਇ ਕੋ ਕਿ ਆਈਏ ਔਰ ਯੇ ਇਸ ਰੈਲੀ ਕੇ ਜ਼ਰੀਏ ਹਮ ਬਤਾਏ ਲੋਗੋਂ ਕੋ ਕਿ ਹਮ ਸਭੀ ਸਿੱਖ ਜੋ ਹੈ ਬੀਜੇਪੀ ਸੇ ਜੁੜੇ ਹੈ, ਬੀਜੇਪੀ ਨੇ ਹਮਾਰੇ ਬਹੁਤ ਸਾਰੇ ਕਾਮ ਕੀਏ ਹੈਂ, ਮੋਦੀ ਸਰਕਾਰ ਨੇ ਐਸੇ ਐਸੇ ਕਾਮ ਕੀਏ ਹੈਂ ਜੋ ਹਮਾਰੇ 75 ਸਾਲ ਪਿੱਛੇ ਆਜ਼ਾਦੀ ਕੇ ਬਾਅਦ ਸੇ ਨਹੀਂ ਹੋਏ ਥੇ, ਚਾਹੇ ਵੋ ਕਰਤਾਰਪੁਰ ਕੋਰੀਡੋਰ ਹੋ ਜਾਂ ਬਹੁਤ ਸਾਰੇ ਅਨੇਕ ਕਾਮ, ਸੋ ਉਸ ਕਾਮੋ ਕੋ ਦੇਖ ਲੋ ਹਮ ਮੋਦੀ ਸਰਕਾਰ ਕਾ ਪੂਰਨ ਸਮਰਥਨ ਕਰ ਰਹੇ ਹੈਂ। ਆਉਣ ਵਾਲੇ ਸਮੇਂ 'ਚ ਆਪ ਦੇਖੇਂਗੇ ਜੋ ਸਿੱਖ ਸਮੁਦਾਇ ਹੈ ਬਹੁਤ ਹੀ ਬੜੀ ਸੰਖਿਆ ਮੈਂ ਬੀਜੇਪੀ ਕੋ ਵੋਟ ਆਉਣ ਜਾ ਰਹੀ ਹੈ। 14 ਪੰਥ ਮਾਰਗ ਤੇ ਸਿੱਖਾਂ ਦਾ ਜਿਹੜਾ ਕਿ ਹੜ੍ਹ ਨੌਜਵਾਨ ਵੀਰਾਂ ਦਾ ਦੇਖਣ ਨੂੰ ਮਿਲ ਰਿਹਾ, ਮੈਂ ਸਮਝਦਾ ਕਿ ਲੋਕਾਂ ਨੇ ਇੱਕ ਮਨ ਬਣਾ ਲਿਆ ਕਿ ਭਾਰਤੀ ਜਨਤਾ ਪਾਰਟੀ ਨੂੰ ਸਪੋਰਟ ਕਰਨ ਦਾ। ਇਹ ਜਿਹੜੀ ਅੱਜ ਬਾਈਕ ਰੈਲੀ ਸਰਦਾਰ ਮਨਜਿੰਦਰ ਸਿੰਘ ਸਿਰਸਾ ਜੀ ਨੇ ਉਹਨਾਂ ਦੀ ਸੋਚ ਦੇ ਨਾਲ ਇਹ ਕੱਢੀ ਜਾ ਰਹੀ ਹੈ। ਮੈਂ ਦੇਖ ਰਿਹਾ ਹਜ਼ਾਰਾਂ ਨੌਜਵਾਨ ਜਿਹੜਾ ਯੂਥ ਹੈ ਉਹ ਦਿੱਲੀ ਦੀਆਂ ਸੜਕਾਂ ਤੇ ਆਇਆ, ਤੇ ਜਿਹੜੇ ਸੜਕਾਂ ਤੇ ਆਏ ਨੇ ਮੈਂ ਸਮਝਦਾ ਕਿ ਉਹ ਮਨ ਵੀ ਬਣਾ ਚੁੱਕੇ ਨੇ ਕਿ ਭਾਰਤੀ ਜਨਤਾ ਪਾਰਟੀ ਇੱਕ ਦੇਸ਼ ਦੀ ਪਾਰਟੀ ਹੈ ਜਿਹੜੀ ਕਿ ਸਿੱਖਾਂ ਵਾਸਤੇ, ਹੋਰ ਜਿਹੜੇ ਸਮਾਜ ਨੇ ਉਹਨਾਂ ਨੂੰ ਨਾਲ ਲੈ ਕੇ ਚੱਲਣ ਵਾਸਤੇ ਇੱਕ ਪਾਰਟੀ, ਮਜ਼ਬੂਤ ਪਾਰਟੀ ਹੈ। ਇਸੇ ਕਰਕੇ ਇਹਨੇ ਨੌਜਵਾਨ ਸਿੱਖ ਅੱਜ ਬੀਜੇਪੀ ਹੈੱਡਕੁਆਰਟਰ 'ਚ ਪਹੁੰਚੇ ਨੇ। ਨੌਜਵਾਨਾਂ ਦੀ ਮੰਗ ਕੀ ਸੀ ਸਿਰਸਾ ਜੀ ਨੂੰ ਕਿ ਸਿਰਸਾ ਜੀ ਨੌਜਵਾਨ ਹੈਗੇ ਨੇ, ਸਾਡੇ ਵੱਲੋਂ ਵੀ ਕੋਈ ਉਪਰਾਲਾ ਹੋਣਾ ਚਾਹੀਦਾ ਹੈ, ਤੇ ਸਿਰਸਾ ਜੀ ਨੇ ਬੜੇ ਸੋਚਣ ਦੇ ਬਾਅਦ ਕਿਹਾ ਕਿ ਇੱਕ ਬਾਈਕ ਰੈਲੀ ਕੱਢੀ ਜਾਏ ਜਿਹਦੇ ਨਾਲ ਨੌਜਵਾਨਾਂ ਨਾਲ ਜਿਹੜਾ ਜੋਸ਼ ਦੇਖਦਾ ਹੈ, ਜੋ ਜੋਸ਼ ਸਾਡੇ ਪ੍ਰਧਾਨ ਮੰਤਰੀ ਮੋਦੀ ਜੀ ਵਿੱਚ ਹੈਗਾ ਹੈ, ਉਹੀ ਜੋਸ਼ ਸਾਡੇ ਨੌਜਵਾਨਾਂ ਵਿੱਚ ਹੈਗਾ ਹੈ,
ਤੇ ਉਸੇ ਜੋਸ਼ ਦੇ ਨਾਲ ਅਸੀਂ ਇਸ ਵਾਰ ਵੋਟ ਪਾਵਾਂਗੇ ਔਰ ਬੀਜੇਪੀ ਨੂੰ ਜਿਤਾਵਾਂਗੇ ਔਰ ਸੱਤ ਦੀ ਸੱਤ ਸੀਟਾਂ ਲੈ ਕੇ ਆਵਾਂਗੇ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।